करतारपुर साहब रावी दरिया के कंढे उत्ते महाराज साहब जी ने शब्द उचारिया है। इस शब्द में सच्चे पातशाह महाराज साहब जी लोभी लालची की गल करते पे ने कि सतगुरु महाराज साहब जी लोभी लालची को समझाते हैं। आओ मनजत गलतियां एकागर करके सतगुरु गुरु नानक साहब सच्चे पातशाह महाराज जी के चरण कमलों का ध्यान करके सुरतियां गलतियां एकागर करने के लिए आखो जी सतनाम श्री वाहिगुरु साहिब जीओ। सतनाम श्री वाहिगुरु साहिब जी। श्री राग महला पहला। श्री राग के अंदर जो कि गुरु ग्रंथ साहिब महाराज जी का प्रथम पहला राग है ते प्रेम का राग भी कहा जाता है। सतगुरु गुरु नानक साहब सच्चे पातशाह महाराज हुण इस श्री राग के अंदर महाराज जी का ਇਹ ਪਾਵਨ ਪਵਿੱਤਰ ਉਚਾਰਨ ਕੀਤਾ ਹੋਇਆ ਸ਼ਬਦ ਹੈ। ਇਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲੁਭਾਨ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜਾ ਮਨ ਹੈ ਇਹ ਮੂਰਖ ਹੈ ਕਿਉਂਕਿ ਆਪਾਂ ਮੂਰਖ ਉਹਨੂੰ ਕਹਿੰਦੇ ਹਾਂ ਜਿਹੜਾ ਆਪਣੇ ਇਕੱਲੇ ਮੂੰਹ ਦੀ ਗੱਲ ਰੱਖਦਾ ਹੋਵੇ। ਜਿਹੜਾ ਕਹਿੰਦਾ ਹੋਵੇ ਬਸ ਜਿਹੜਾ ਮੈਂ ਬੋਲ ਦਿੱਤਾ ਉਹੀ ਸਹੀ ਹੈ ਉਹਨੂੰ ਮੂੰਹ ਰੱਖ ਗਿਆ ਜਾਂਦਾ ਕਿਉਂਕਿ ਉਹ ਆਪਣਾ ਮੂੰਹ ਹੀ ਰੱਖਣਾ ਚਾਹੁੰਦਾ। ਮਹਾਰਾਜ ਕਹਿੰਦੇ ਹੁਣ ਇਹੋ ਮਨੋ ਮੂਰਖ ਕਹਿੰਦੇ ਇਹ ਜਿਹੜਾ ਮੇਰਾ ਮਨ ਹੈ ਇਹ ਵੀ ਮੂਰਖ ਹੀ ਹੈ ਮਨ ਵੀ ਆਪਣੀ ਮਰਜ਼ੀ ਕਰਨੀ ਚਾਹੁੰਦਾ। ਮਹਾਰਾਜ ਕਹਿੰਦੇ ਨੇ ਇਹੋ ਮਨੋ ਮੂਰਖ ਲੋਭੀਆ ਇਹ ਜਿਹੜਾ ਮੇਰਾ ਮੂਰਖ ਮਨ ਹੈ ਨਾ ਇਹ ਲੋਭੀ ਹੋ ਗਿਆ ਹੁਣ ਲਾਲਚੀ ਹੋ ਗਈ। ਲੋਭੇ ਲੱਗਾ ਲੁਭਾਨ ਤੇ ਇਹਦਾ ਸੰਗ ਵੀ ਉਹਨਾਂ ਦੇ ਨਾਲ ਜਿਹੜੇ ਅਗਾਂਹ ਲਾਲਚੀ ਨੇ ਜਿੱਦਾਂ ਚੋਰ ਵਿਅਕਤੀ ਹੈ ਜਿਹੜਾ ਉਹਦਾ ਸੰਗ ਜਿਹੜਾ ਉਹ ਚੋਰੀ ਕਰਨ ਵਾਲਿਆਂ ਦੇ ਨਾਲ ਹੀ ਹੋਵੇਗਾ। ਜਿਹੜਾ ਕੋਈ ਵਿਅਕਤੀ ਸੇਵਾ ਸਿਮਰਨ ਕਰਨ ਵਾਲਾ ਉਹਦਾ ਸੰਗ ਸੇਵਾ ਸਿਮਰਨ ਕਰਨ ਵਾਲਿਆਂ ਨਾਲ ਹੋਵੇਗਾ। ਜਿਹੜਾ ਕੋਈ ਕਾਰੋਬਾਰੀ ਵਿਅਕਤੀ ਹੈ ਉਹਦਾ ਸੰਗ ਕਾਰੋਬਾਰੀਆਂ ਦੇ ਨਾਲ ਹੋਵੇਗਾ। ਉਸ ਤਰ੍ਹਾਂ ਜਿਹੜਾ ਨਿੰਦਿਆ ਕਰਨ ਵਾਲਾ ਜਿਹੜਾ ਚੁਗਲੀਆਂ ਕਰਨ ਵਾਲਾ ਜਿਹੜਾ ਲਾਲਚੀ ਹੈ ਉਹਦਾ ਸੰਗ ਵੀ ਲਾਲਚੀਆਂ ਦੇ ਨਾਲ ਹੀ ਹੋਵੇਗਾ। ਕਿਉਂਕਿ ਤੁਸੀਂ ਕਿਹੋ ਜਿਹੇ ਹੋ ਇਹ ਤੁਹਾਡੀ ਸੰਗਤ ਨਿਰਧਾਰਿਤ ਕਰਦੀ ਹੈ। ਤੁਹਾਡੇ ਅੰਦਰ ਕਿਹੜੇ ਗੁਣ ਨੇ ਜਿੱਥੇ ਤੁਸੀਂ ਬੈਠਦੇ ਉੱਠਦੇ ਹੋ ਇਹ ਸਾਫ ਦੱਸ ਦੇਣਗੇ ਕਿ ਤੁਹਾਡੇ ਅੰਦਰ ਕਿਹੜੇ ਗੁਣ ਨੇ। ਅਸੀਂ ਕਿਹੜੇ ਗੁਣਾਂ ਦੇ ਧਾਰਨੀ ਹਾਂ ਜਿਸ ਸੰਗਤ ਦੇ ਵਿੱਚ ਅਸੀਂ ਬੈਠੇ ਹਾਂ ਉਹ ਸੰਗਤ ਦੱਸ ਦਿੰਦੀ ਹੁੰਦੀ ਹੈ ਕਿ ਇਹ ਵਿਅਕਤੀ ਹੈ ਜਿਹੜਾ ਇਹਦੇ ਵਿੱਚ ਆਹ ਆਹ ਗੁਣ ਨੇ ਆਹ ਮੌਗਣ ਨੇ। ਕਿਉਂਕਿ ਸੰਗਤ ਦੀ ਬਹੁਤ ਵੱਡੀ ਮਹਾਨਤਾ ਜੇ ਹੁਣ ਕਹਿੰਦੇ ਸਤਪੁਰਸ਼ਾਂ ਦੀ ਸੰਗਤ ਦੇ ਵਿੱਚ ਵਿਅਕਤੀ ਬੈਠਾ ਤੇ ਇਹ ਭਾਈ ਸਤਪੁਰਸ਼ ਹੈ ਤੇ ਜੇ ਹੁਣ ਬੈਠਾ ਹੀ ਨਿੰਦਕਾਂ ਦੇ ਨਾਲ ਬੈਠਾ ਹੀ ਕਹਿੰਦੇ ਚੁਗਲੀਆਂ ਕਰਨ ਵਾਲਿਆਂ ਦੇ ਨਾਲ ਹੈ ਤੇ ਚੁਗਲੀ ਕਰਨ ਵਾਲੇ ਨੇ ਜਿਹੜੇ ਉਹ ਹੁਣ ਭਜਨ ਕਰਨਾ ਤਾਂ ਸਿਖਾਉਂਦੇ ਨਹੀਂ। ਲਾਲਚੀ ਨੇ ਜਿਹੜੇ ਉਹ ਇਹ ਤਾਂ ਦੱਸਦੇ ਨਹੀਂ ਹੁੰਦੇ ਵੀ ਇੱਦਾਂ ਪਾਠ ਕਰੀਦਾ ਜੀ। ਲਾਲਚੀਆਂ ਨੇ ਸਿਰਫ ਤੇਰੇ ਅੰਦਰ ਲਾਲਚ ਦੀ ਅੱਗ ਨੂੰ ਹੋਰ ਤੇਜ਼ ਕਰ ਦੇਣਾ ਹੁੰਦਾ। ਹੁਣ ਮਹਾਰਾਜ ਕਹਿੰਦੇ ਨੇ ਇਹੋ ਮਨੋ ਮੂਰਖ ਲੋਭੀ ਆ ਲੋਭੇ ਲਗਾ ਲੁਭਾਨ। ਇਹ ਕਹਿੰਦੇ ਲਾਲਚ ਦੇ ਵਿੱਚ ਇੰਨਾ ਗਲਤਾਨ ਹੋਇਆ ਪਿਆ ਇਹ ਲਾਲਚੀਆਂ ਦੀ ਸੰਗਤ ਕਰਨਾ ਹੀ ਪਸੰਦ ਕਰਨਾ ਚਾਹੁੰਦਾ। ਇਹ ਲਾਲਚੀਆਂ ਦੀ ਸੰਗਤ ਹੀ ਕਹਿੰਦੇ ਇਹਨੂੰ ਪਸੰਦ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲਾਲਚੀਆਂ ਦੀ ਸੰਗਤ ਦੇ ਵਿੱਚ ਰਹਿ ਰਹਿ ਕਰਕੇ ਇਹਦਾ ਜਿਹੜਾ ਲੋਭ ਦਾ ਕੁੱਤਾ ਉਹ ਕਹਿੰਦੇ ਹੋਰ ਜ਼ਿਆਦਾ ਭੌਂਕਣ ਲੱਗ ਗਿਆ ਹੈ। ਸ਼ਬਦ ਨ ਭੀਜੈ ਸਕਤਾ ਦੁਰਮ ਤੇ ਆਵਨ ਜਾਨ। ਮਹਾਰਾਜ ਕਹਿੰਦੇ ਇਹ ਜਿਹੜਾ ਕਠੋਰ ਵਿਰਤੀ ਦਾ ਪੁਰਸ਼ ਹੈ ਨਾ ਸ਼ਬਦ ਨਾ ਭੀਜੈ ਸਕਤਾ। ਸਾਕਤ ਨਾਮ ਜਿਹੜਾ ਕਠੋਰ ਹੋਵੇ ਮਨਮੁੱਖ ਹੋਵੇ ਜਿਹੜਾ ਆਪਣੇ ਗੁਰੂ ਦੀ ਗੱਲ ਨੂੰ ਨਾ ਸੁਣਦਾ ਹੋਵੇ ਗੁਰੂ ਦੱਤ ਜੀ ਦਾ ਭਰੋਸਾ ਨਾ ਹੋਵੇ ਜਿਹੜਾ ਕਹਿੰਦਾ ਹੋਵੇ ਇੱਦਾਂ ਕਿੱਦਾਂ ਹੋ ਜਾਂਦਾ
हर एक गल के उत्ते सवाल खड़े करी जाता हो साकत पुरश ही होंगे। चाणक्य नीति दे विच एक वचन आता है, कहते हाथी है जिहड़ा, हाथी तो कहते 1000 गज दूर रहना चाहिए। जिहड़ा घोड़ा है कहते घोड़े तो 10 कर्मा पिछे रहना चाहिए। जिहड़ा सिंगा वाला कोई जानवर है कहिंदे उहदे तो 20 कर्म पिछे रहना चाहिए। तो जिहड़ा साकत बंदा है कहिंदे उहदे तो इलाके दे विच भी नहीं जाना चाहिए, भाव कि इन्ना खतरनाक है। साकत की तुलना है जिहड़ी वो जानवरों के नाल की गई है, जानवरों तो भी कहिंदे भैड़ा हुंदा। जिहड़ा हाथी है कहिंदे जे तुसीं उहदे तो 1000 कर्म पिछे हो, 1000 गज दूर हो उहदे तो, ਤਾਂ ਹਜੇ ਹਾਥੀ ਤੁਹਾਡੇ ਪਿੱਛੇ ਪੈਂਦਾ, ਤੁਸੀਂ ਭੱਜ ਜਾਓਗੇ, ਬਚਾਅ ਹੋ ਜਾਏਗਾ। ਘੋੜੇ ਤੋਂ ਜੇ ਤੁਸੀਂ ਕਿਸੇ ਪ੍ਰਕਾਰ ਕਰਕੇ ਜੇ 10 ਕਦਮ ਵੀ ਪਿੱਛੇ ਹੋ, ਕਹਿੰਦੇ ਤੁਹਾਡਾ ਬਚਾਅ ਹੋ ਜਾਣਾ। ਸਿੰਘਾਂ ਵਾਲੇ ਜਾਨਵਰ ਤੋਂ ਜੇ ਉਹ ਤੁਹਾਨੂੰ ਮਾਰਨ ਲੱਗੇ, ਤੁਸੀਂ ਭੱਜ ਜਾਓਗੇ। ਪਰ ਜਿਹੜਾ ਸਾਕਤ ਮਨੁੱਖ ਆ ਨਾ, ਕਹਿੰਦੇ ਜੇ ਇਹ ਤੁਹਾਡੇ ਨਗਰ ਦੇ ਵਿੱਚ ਵੀ ਹੋਵੇ, ਇਹਦੇ ਤੋਂ ਤੁਸੀਂ ਜਿੰਨਾ ਮਰਜ਼ੀ ਬਚਾਅ ਕਰਨਾ ਚਾਹੁੰਦੇ ਹੋਵੋ, ਜਿੰਨਾ ਮਰਜ਼ੀ ਤੁਹਾਡੇ ਤੋਂ ਦੂਰ ਹੋਵੇ, ਕਹਿੰਦੇ ਇਹ ਤੁਹਾਨੂੰ ਬਖਸ਼ੇਗਾ ਨਹੀਂ, ਮਾਰਦੇ। ਸਾਕਤ ਬੰਦੇ ਦਾ ਕਹਿੰਦੇ ਪ੍ਰਭਾਵ ਵੀ ਐਸਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਕਿਹਾ, ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਵਾਸਣ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਕਹਿੰਦੇ ਸਾਕਤ ਜਿਹੜਾ ਉਹ ਕਾਲੇ ਭਾਂਡੇ ਦੀ ਨਿਆਈ ਹੁੰਦਾ, ਜੇ ਕਾਲੇ ਭਾਂਡੇ ਨੂੰ ਹੱਥ ਦੇ ਵਿੱਚ ਪਕੜਾਂਗੇ, ਆਪਣੇ ਹੱਥ ਵੀ ਕਾਲੇ ਹੋਣਗੇ, ਕੱਪੜੇ ਵੀ ਕਾਲੇ ਹੋਣਗੇ। ਉਸੇ ਪ੍ਰਕਾਰ ਕਹਿੰਦੇ ਸਾਕਤ ਸੰਗ ਨਾ ਕੀਜੀਐ, ਸਾਕਤ ਮਨਮੁੱਖ ਬੰਦੇ ਦਾ ਕਹਿੰਦੇ ਸੰਗ ਨਾ ਕਰੀ, ਤੁਰਿਆ ਜਾਈਆ ਭਾਗ, ਉਹਨੂੰ ਦੇਖ ਜਾਂਦਾ ਕਹਿੰਦੇ ਬਸ ਭੱਜ ਹੀ ਜਾਇਆ ਕਰ, ਵੀ ਕਿਤੇ ਮੱਥੇ ਹੀ ਨਾ ਲੱਗ ਜਾਓ। ਜਿੱਦਾਂ ਜਿਹੜਾ ਕੋਈ ਵਿਕਾਰੀ ਪੁਰਸ਼ ਹੈ ਨਾ, ਉਹ ਸਾਧੂ ਨੂੰ ਦੇਖ ਕੇ ਭੱਜ ਜਾਂਦਾ ਹੁੰਦਾ, ਉਹ ਗੁਰਸਿੱਖ ਨੂੰ ਦੇਖ ਕੇ ਭੱਜ ਜਾਂਦਾ, ਉਹ ਕਹਿੰਦਾ ਇਹ ਹੁਣ ਫਿਰ ਮੈਨੂੰ ਫਿਰ ਖੜਾ ਲਏਗਾ, ਫਿਰ ਮੈਨੂੰ ਸਮਝਾਏਗਾ ਇੱਦਾਂ ਨਹੀਂ ਕਰਨਾ ਚਾਹੀਦਾ, ਉੱਦਾਂ ਨਹੀਂ ਕਰਨਾ ਚਾਹੀਦਾ। ਜਿਹੜਾ ਵਿਕਾਰੀ ਪੁਰਸ਼ ਆ, ਉਹ ਗੁਰਸਿੱਖ ਨੂੰ, ਗੁਰਮੁਖ ਨੂੰ ਦੇਖ ਕੇ ਭੱਜ ਜਾਂਦਾ ਹੁੰਦਾ ਕਿ ਜੇ ਮੈਂ ਹੁਣ ਇਹਦੇ ਕੋਲ ਖੜ ਗਿਆ ਤਾਂ ਮੈਨੂੰ ਫਿਰ ਸਮਝਾਏਗਾ, ਮੇਰਾ ਕਿੰਨਾ ਸਾਰਾ ਸਮਾਂ ਜਿਹੜਾ ਇਹਦੇ ਕੋਲ ਮੈਨੂੰ ਖੜਨਾ ਪਵੇਗਾ। ਹੁਣ ਸਾਕਤ ਮਨੁੱਖ ਆ ਜਿਹੜਾ, ਕਹਿੰਦੇ ਉਹ ਇੱਦਾਂ ਗੁਰਸਿੱਖ ਨੂੰ ਦੇਖ ਕੇ ਭੱਜ ਜਾਂਦਾ, ਅਤੇ ਮਹਾਰਾਜ ਕਹਿੰਦੇ ਮੈਂ ਗੁਰਸਿੱਖ ਨੂੰ ਆਗਿਆ ਕਰਦਾ, ਤੂੰ ਸਾਕਤ ਨੂੰ ਦੇਖ ਕੇ ਭੱਜ ਆਇਆ ਕਰ, ਉਹਦੇ ਇਲਾਕੇ 'ਚ ਨਾ ਰਿਹਾ ਕਰ, ਕਿਉਂਕਿ ਇਹਦਾ ਮਨ ਦਾ ਕੋਈ ਪਤਾ ਨਹੀਂ। ਤੂੰ ਗੁਰੂ ਦੇ ਉੱਤੇ ਭਰੋਸਾ ਕਰਦਾ, ਸਾਕਤ ਬੰਦੇ ਦਾ ਗੁਰੂ ਦੇ ਉੱਤੇ ਭਰੋਸਾ ਨਹੀਂ ਹੈ। ਇਹ ਤੇਰੇ ਕੋਲ ਆ ਕੇ ਕਹਿੰਦੇ ਇਹ ਨਹੀਂ ਪਤਾ ਮੂੰਹ ਦੇ ਵਿੱਚੋਂ ਕਿਹੋ ਜਿਹੀ ਉਦਾਹਰਣ ਕੱਢ ਕੇ ਮਾਰੇਗਾ, ਤੇਰਾ ਜਿਹੜਾ ਵਿਸ਼ਵਾਸ ਉਹ ਵੀ ਟੁੱਟ ਜਾਏਗਾ। ਇਸ ਲਈ ਸਾਕਤ ਬੰਦੇ ਤੋਂ ਕਹਿੰਦੇ ਪਰਾਂ ਹੀ ਰਿਹਾ। ਸ਼ਬਦ ਨਾ ਭੀਜਿਆ ਸਾਕਤ, ਕਹਿੰਦੇ ਜਿਹੜਾ ਸਾਕਤ ਮਨਮੁੱਖ ਬੰਦਾ ਨਾ, ਉਹ ਗੁਰੂ ਦੇ ਸ਼ਬਦਾਂ ਦੇ ਦੁਆਰਾ ਵੀ ਉਹਨੂੰ ਫਿਰਦਾ, ਜਿਹੜਾ ਉਹ ਭਿਜਿਆ ਨਹੀਂ, ਉਹਨੂੰ ਗੁਰੂ ਦੇ ਦੁਆਰੇ ਦੇ ਉੱਤੇ ਜਾ ਕਰਕੇ ਵੀ ਟੇਕ ਨਹੀਂ ਆਈ, ਬਸ ਕਦੇ ਇੱਧਰ ਸਿਰ ਘੁਮਾ ਲੈਂਦਾ, ਕਦੇ ਇੱਧਰ ਘੁਮਾ ਲੈਂਦਾ, ਕਿਉਂਕਿ ਟੇਕ ਹੈ ਨਹੀਂ। ਸ਼ਬਦ ਨਾ ਭੀਜਿਆ ਸਾਕਤ, ਸ਼ਬਦ ਦੇ ਰਸ ਦੇ ਵਿੱਚ ਕਹਿੰਦੇ ਸਾਕਤ ਬੰਦਾ ਭਿਜਿਆ ਹੀ ਨਹੀਂ। ਦੁਰਮਤ ਆਵਣ ਜਾਣ, ਦੁਰਮਤ ਕਹਿੰਦੇ ਖੋਟੀ ਮਤ ਆ ਜਿਹੜੀ ਇਹਦੀ, ਇਹਦੀ ਖੋਟੀ ਮਤੀ, ਇਹਨੂੰ ਬੈਠ ਟਿਕ ਕੇ ਬੈਠਣ ਨਹੀਂ ਦਿੰਦੀ, ਕਦੇ ਆ ਜਾਂਦਾ ਕਦੇ ਚਲਾ ਜਾਂਦਾ, ਕਦੇ ਆ ਜਾਂਦਾ ਕਦੇ ਚਲਾ ਜਾਂਦਾ। ਇਸੇ ਪ੍ਰਕਾਰ ਇਹ ਕਹਿੰਦੇ ਸੰਸਾਰ ਦੇ ਵਿੱਚ ਵੀ ਇਹਦੇ ਨਾਲ ਵਾਪਰਦਾ, ਕਦੇ ਜੰਮਦਾ ਕਦੇ ਮਰਦਾ, ਕਦੇ ਜੰਮਦਾ ਕਦੇ ਮਰਦਾ। ਇਹਦੀ ਜਿਹੜੀ ਖੋਟੀ ਮਤ ਆ ਕਹਿੰਦੇ ਇਹੀ ਇਹਦਾ ਜਿਹੜਾ ਜੰਮਣ ਮਰਨ ਦਾ ਕਾਰਨ ਬਣਦੀ ਹੈ, ਇਹਦਾ ਸਾਕਤ ਹੋਣਾ ਇਹਦਾ ਜੰਮਣ ਮਰਨ ਦਾ ਕਾਰਨ ਹੈ। ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ। ਸਾਧੂ ਜਿਸ ਮੁਖੀ ਗੁਰੂ ਨੇ, ਜਿਸ ਸਤਿਗੁਰੂ ਨੇ, ਜਿਸ ਗੁਰਸਿੱਖ ਨੇ ਆਪਣੇ ਅੰਦਰਲੇ ਮਨ ਨੂੰ ਸਾਧ ਲਿਆ ਹੈ, ਜਿਹੜਾ ਸੱਚ ਨੂੰ ਜਾਣ ਚੁੱਕਿਆ, ਜਿਹੜਾ ਆਪ ਖੁਦ ਸੱਚ ਦੇ ਨਾਲ ਮਿਲਿਆ ਹੋਇਆ, ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਆ ਗੁਣੀ ਨਿਧਾਨ। ਕਹਿੰਦੇ ਜੇ ਉਹ ਮਿਲੇਗਾ ਤਾਂ ਕੀ ਹੋਏਗਾ, ਗੁਣਾਂ ਦਾ ਨਿਧਾਨ, ਖਜ਼ਾਨਾ ਜਿਹੜਾ
वो तेरे अंदर प्रगट हो जाएगा। कहते ही तू गुणा निधान खजाने ग्रहण कर सकता है, प्राप्त कर सकता है। मन रे होमै छोड़ गुमान, हे मेरे मना कहते होमै छड़ दे, ये जड़ा गुमान मान करी जाना इन छड़ दे। हर गुर सरवर सेव तू पावे दर क्या मान, हर कहते वो अकाल पुरख वाहेगुरु, हर गुर कहते वो जड़ा परमेश्वर वाहेगुरु है ना, जो सतगुरु है कहते ये दोने ने जो मान सरोवर दई ने पावा दरगा मान, कहते जिदा मान सरोवर इनान करने बहुत मान मिलता। कहते इस प्रकार जो अकाल पुरख से सतगुरु के ज्ञान रूपी सरोवर तो इनान करेगा तो दरगाह पाई है मान, संसार की दरगाह भी बहुत सारा मान मिलता है, तो अगामी दरगाह वादू मान सम्मान मिलता है। विश्राम दे के महाराज जी उच्चारण कर रहे हैं, राम नाम जप दिन रात गुरमुख हर तन जान, राम नाम कहते जो रवि हो राम का नाम है ना जपना कर दिन रात, दिने रात कहते जपी जाया कर, क्योंकि महाराज जी ने सानू ये सिद्धांत दिता है हाथ पाओ कर काम सब चीर निरंजन नाल, सौखा जहा तरीका सच्चे पातशाह महाराज ने गुरसिखा की झोली पाया। ये नहीं किया कि तुसी 24 घंटे बैठे रहो जी बंदगी करी जाओ, महाराज कहते नहीं तुसी अपना काम करते हो भी परमेश्वर वाहिगुरु का सिमरन कर सकते हो, क्योंकि काम हाथों ने करना है तो सुरती दे विच वाहिगुरु के नाम का सिमरन बंदा कर सकता है। जिदा असं काम करते हुए इधर उधर दी गल्लां करी जाने उस प्रकार इधर उधर दी गल्लां बंद करके परमेश्वर वाहिगुरु का सिमरन भी किया जा सकता है। ते सतगुरु महाराज साहब जी कहते ने कहते राम नाम जब दिन रात, जिहड़ा राम नाम रवे हुए परमेश्वर वाहिगुरु का नाम है दिन रात जपना कर गुरमुख हर तन जान, ते जिहड़ा मुखी गुरु है ना मुखी गुरु जी ने जिहड़ा नाम बख्शिया हरि परमेश्वर वाहिगुरु का नाम कहते उन्हों ही तू तन जानना कर, उ जिहड़ा सच्चा तन है ਉਹਦੇ ਤੋਂ ਬਿਨਾਂ ਬਾਕੀ ਜਿਹੜੇ ਸਾਰੇ ਪਦਾਰਥ ਨੇ ਕਹਿੰਦੇ ਕੂੜ ਝੂਠ ਨੇ। ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ, ਸਭ ਸੁਖ ਕਹਿੰਦੇ ਜਿਹੜੇ ਸਾਰੇ ਸੁਖ ਨੇ ਕਾਹਦੇ ਵਿੱਚ ਨੇ ਹਰ ਰਸ ਭੋਗਣੇ, ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਭੋਗਣ ਦੇ ਵਿੱਚ ਸਾਰੇ ਹੀ ਸੁੱਖ ਆ ਜਾਂਦੇ ਨੇ। ਜੇ ਤੂੰ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਭੋਗੇਗਾ ਨਾ ਤੈਨੂੰ ਸਾਰੇ ਪਦਾਰਥ ਮਿਲ ਜਾਣਗੇ, ਤੇ ਜੇ ਤੂੰ ਪਦਾਰਥਾਂ ਦਾ ਰਸ ਭੋਗਦਾ ਪਿਆ ਤੇ ਪਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਦਾ ਰਸ ਹੀ ਨਹੀਂ ਹੈ ਤੇਰੇ ਕੋਲੇ, ਤੇ ਫਿਰ ਇਹ ਜਿਹੜੇ ਸਾਰੇ ਰਸ ਨੇ ਕਹਿੰਦੇ ਇਹ ਤੈਨੂੰ ਵਿਪਤਾਵਾਂ ਦੇ ਵਿੱਚ ਪਾ ਦੇਣਗੇ, ਇਹ ਜਿਹੜੇ ਹੋਰ ਤੇਰੇ ਰਸ ਨੇ ਨਾ ਇਹਨਾਂ ਦੇ ਵਿੱਚ ਗਲਤਾਨ ਹੋਇਆ ਬੰਦਾ ਜਿਹੜਾ ਉਹ ਨਾਮ ਦੇ ਰਸ ਨੂੰ ਨਹੀਂ ਚੱਕ ਸਕਦਾ। ਹਾਂ ਜਿਹੜਾ ਨਾਮ ਦੇ ਰਸ ਦੇ ਵਿੱਚ ਚੱਕ ਗਿਆ, ਜਿਹਨੇ ਨਾਮ ਦਾ ਰਸ ਚੱਖਿਆ ਉਹਨੂੰ ਇਹ ਸਾਰੇ ਪਦਾਰਥ ਕਹਿੰਦੇ ਸੁਭਾਵਕ ਹੀ ਮਿਲਦੇ ਨੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿ ਰਹੇ ਨੇ ਕਹਿੰਦੇ ਸਭ ਸੁੱਖ ਹਰ ਰਸ ਭੋਗਣੇ, ਸਾਰੇ ਸੁੱਖ ਨੇ ਨਾ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਰਸ ਦੇ ਵਿੱਚ ਹੀ ਨੇ। ਸੰਤ ਸਭਾ ਮਿਲ ਗਿਆਨ, ਜਿਹੜੀਆਂ ਸੰਤਾਂ ਦੀਆਂ ਸਭਾਵਾਂ ਨੇ ਜਾਂ ਜਿਹੜਾ ਸਤਸੰਗ ਦੀ ਸਭਾ ਹੈ ਇਹਦੇ ਵਿੱਚ ਆ ਕਰਕੇ ਕਹਿੰਦੇ ਗੁਰੂ ਦੇ ਨਾਮ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਹ ਨਾਮ ਦਿਨ ਦਾ ਨਿਸ ਨਾਮ ਹੈ ਜਿਹੜਾ ਰਾਤ ਦਾ, ਕਹਿੰਦੇ ਦਿਨ ਰਾਤ ਹਰ ਰੋਜ਼ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਸੇਵਿਆ ਕਰ, ਉਹਦੇ ਨਾਮ ਦਾ ਚਿੰਤਨ ਕਰਿਆ ਕਰ। ਇੱਥੇ ਸੇਵਿਆ ਕਹਿੰਦੇ ਸੇਵਾ ਕਿਹੜੀ ਹੈ ਵਾਹਿਗੁਰੂ ਦੀ, ਉਹਦੇ ਨਾਮ ਨੂੰ ਸਿਮਰਨਾ। ਇੱਥੇ ਅਸੀਂ ਬਾਹਰੀ ਸੇਵਾ ਦਾ ਕਰਦੇ ਹਾਂ ਪਰ ਜਿਹੜੀ ਅੰਦਰੂਨੀ ਸੇਵਾ ਉਹ ਕਦੇ ਨਹੀਂ ਕਰਦੇ। ਅੰਦਰੂਨੀ ਸੇਵਾ ਕਿਹੜੀ ਸੀ, ਨਾਮ ਦੀ, ਜਿਹੜਾ ਨਾਮ ਜਪਣਾ ਕਹਿੰਦੇ ਇਹ ਵੀ ਸੇਵਾ ਕਰਨੀ ਹੈ। ਹੁਣ ਜਿਹੜਾ ਕੋਈ ਬੰਦਾ ਬਾਹਰੀ ਤੌਰ ਦੇ ਉੱਤੇ ਝਾੜੂ ਚੱਕ ਕੇ ਤੁਰ ਪੈਂਦਾ ਪਰ ਅੰਦਰ ਵੀ ਸੇਵਾ ਨਹੀਂ ਕਰਦਾ ਤੇ ਉਹਦੀ ਫਿਰ ਕੀਤੀ ਸੇਵਾ ਕਿੱਦਾਂ ਪ੍ਰਵਾਨ ਹੋਏ ਜੀ, ਕਿਉਂਕਿ ਬਾਹਰੀ ਤੌਰ ਦੇ ਉੱਤੇ ਤਾਂ ਸੇਵਾ ਕਰਦਾ ਪਿਆ ਪਰ ਅੰਦਰੂਨੀ ਤੌਰ ਦੇ ਉੱਤੇ ਉਹਦੀ ਸੇਵਾ ਨਹੀਂ ਕੀਤੀ, ਗੁਰੂ ਦਾ ਹੁਕਮ ਨਹੀਂ ਮੰਨਿਆ। ਇਹ ਬਾਹਰਲੀ ਸੇਵਾ ਵੀ ਕਰਨੀ ਹੈ, ਬਾਹਰ ਵੀ ਅਸੀਂ ਸੇਵਾ ਕਰਨੀ ਹੈ ਪਰ ਜਿਹੜਾ ਗੁਰੂ ਨੇ ਸਿਧਾਂਤ ਦਿੱਤਾ ਨਾ ਨਾਮ ਜਪਣਾ, ਮਨ ਨੂੰ ਵਿਕਾਰਾਂ ਤੋਂ ਉੱਪਰ ਰੱਖਣਾ, ਮਨ ਦੀ ਮੈਲ ਖਤਮ ਕਰਨੀ, ਮਨ ਦੀ ਗੰਦਗੀ ਹੈ ਜਿਹੜੀ
ਉਹ ਨਾਮ ਦੇ ਝਾੜੂ ਦੇ ਨਾਲ ਸਾਫ ਕਰਨੀ। ਕਹਿੰਦੇ ਜੇ ਇਹ ਸੇਵਾ ਨਹੀਂ ਕੀਤੀ ਫਿਰ ਬਾਹਰਲੀ ਸੇਵਾ ਕਿਹੜੀ ਵੇਖੇ ਰਹੇਗੀ। ਘਰ ਗੰਦਾ ਪਿਆ ਹੋਵੇ ਤੇ ਇੱਕ ਬੰਦਾ ਆਪਣੇ ਘਰ ਨੂੰ ਗੰਦਾ ਪਿਆ ਛੱਡ ਕਰਕੇ ਬਾਹਰ ਝਾੜੂ ਲਾਉਂਦਾ ਫਿਰੇ, ਉਹ ਚੰਗੀ ਗੱਲ ਨਹੀਂ ਹੈ ਨਾ। ਘਰ ਅੰਦਰੋਂ ਮੈਲਾ ਹੈ, ਘਰ ਦੇ ਵਿੱਚ ਤਾਂ ਗਾਹ ਪਿਆ ਹੋਇਆ ਤੇ ਕੋਈ ਬੰਦਾ ਗਲੀ 'ਚ ਝਾੜੂ ਮਾਰੀ ਜਾਂਦਾ ਹੋਵੇ, ਪੁੱਛੀਏ ਕਾਹਦੇ ਵਾਸਤੇ? ਕਹਿੰਦਾ ਜੀ ਸਾਫ਼ ਸਫਾਈ ਰੱਖਣੀ ਚਾਹੀਦੀ ਹੈ। ਹੁਣ ਸਾਫ਼ ਸਫਾਈ ਤਾਂ ਰੱਖਣੀ ਚਾਹੀਦੀ ਹੈ, ਪਰ ਜੇ ਤੇਰਾ ਘਰ ਹੀ ਅੰਦਰੋਂ ਗੰਦਾ ਹੋਇਆ ਪਿਆ ਤੇ ਫਿਰ ਗਲੀ ਦੇ ਵਿੱਚ ਸਾਫ਼ ਸਫਾਈ ਕੀ ਕਰੇਗੀ? ਹੁਣ ਕਹਿੰਦੇ ਗਲੀ ਵੀ ਸਾਫ਼ ਹੋਣੀ ਚਾਹੀਦੀ ਹੈ ਤੇ ਘਰ ਵੀ ਸਾਫ਼ ਹੋਣਾ ਚਾਹੀਦਾ, ਜਿੱਥੇ ਰਹਿੰਦੇ ਹੋ ਉਹ ਇਲਾਕਾ ਸਾਫ਼ ਹੋਣਾ ਚਾਹੀਦਾ। ਕਿਉਂਕਿ ਸਵੱਛਤਾ ਨਾ, ਜਿਹੜੀ ਸਵੱਛਤਾ ਦੇ ਵਿੱਚ ਰਹਿ ਕਰਕੇ ਬੰਦਾ ਨਾਲੇ ਤਾਂ ਅਰੋਗੀ ਹੋ ਜਾਂਦਾ ਤੇ ਨਾਲੇ ਹੌਲੀ 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 ਕਰਦਾ ਕਰਦਾ ਬੰਦੇ ਦਾ ਮਨ ਵੀ ਸਵੱਛ ਹੋਣ ਲੱਗ ਜਾਂਦਾ ਸਵੱਛ ਜਗ੍ਹਾ ਦੇ ਵਿੱਚ ਬੈਠਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਨਿਤ ਅਹਿਨਸ ਹਰ ਪ੍ਰਭ ਸੇਵਿਆ, ਹਰ ਰੋਜ਼ ਦਿਨ ਰਾਤ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਸੇਵਿਆ ਕਰ, ਉਹਦੀ ਸੇਵਾ ਕਰ। ਉਹਦੀ ਸੇਵਾ ਕਿਹੜੀ ਹੈ? ਕਹਿੰਦੇ ਪ੍ਰੇਮ ਦੇ ਨਾਲ ਨਾਮ ਜਪਣਾ, ਪ੍ਰੇਮ ਦੇ ਨਾਲ ਤੁਰਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਤੁਰਦੇ ਫਿਰਦੇ ਕਹਿੰਦੇ ਜਪੀ ਜਾਣਾ। ਕਿਉਂਕਿ ਤੈਨੂੰ ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਤਰੀਕਾ ਹੀ ਬਹੁਤ ਸੌਖਾ ਦੱਸਿਆ ਹੋਇਆ, ਤੁਰਦਾ ਫਿਰਦਾ ਜਪ ਲੈ, ਭੋਜਨ ਪ੍ਰਸ਼ਾਦਾ ਤਿਆਰ ਕਰਦਾ ਹੋਇਆ ਜਪ ਲੈ, ਖਾਣ ਲੱਗਿਆ ਕਹਿੰਦੇ ਉਦੋਂ ਵੀ ਜ਼ਿਆਦਾ ਨਹੀਂ ਤਾਂ ਕਹਿੰਦੇ ਇੱਕ ਅੱਧਾ ਸਲੋਕ ਪੜ੍ਹ ਲਿਆ ਕਰ, ਕਾਮ ਗੁਰੂ ਦੇ ਅਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਜਦੋਂ ਮਰਜ਼ੀ ਕਹਿੰਦੇ ਤੁਰਦਾ ਫਿਰਦੇ ਭਾਵੇਂ ਗੁਰਬਾਣੀ ਪੜ੍ਹੀ ਚੱਲ, ਗੁਰਬਾਣੀ ਦਾ ਕੋਈ ਵੀ ਸ਼ਬਦ ਕੰਠ ਕਰ ਲੈ, ਯਾਦ ਕਰ ਲੈ, ਮੂਲ ਮੰਤਰ ਪੜ੍ਹ ਲਿਆ ਕਰ। ਤੈਨੂੰ ਤਾਂ ਤਰੀਕਾ ਮਹਾਰਾਜ ਨੇ ਬਹੁਤ ਸੌਖਾ ਦੱਸਿਆ। ਜਦੋਂ ਮਹਾਰਾਜ ਸਾਹਿਬ ਜੀ ਨੇ ਬਾਣੀ ਨਹੀਂ ਸੀ ਨਾ ਰਚੀ, ਉਸ ਤੋਂ ਪਹਿਲਾਂ ਲੋਕ ਰੱਬ ਦੀ ਪ੍ਰਾਪਤੀ ਦੇ ਲਈ ਬੜੇ ਯਤਨ ਕਰਦੇ ਸੀ। ਕੋਈ ਆਪਣੇ ਕੇਸਾਂ ਨੂੰ ਕਹਿੰਦੇ ਕਿੱਲੀ ਦੇ ਨਾਲ ਬੰਨ ਲੈਂਦਾ, ਕੋਈ ਦਰਖਤ ਦੇ ਨਾਲ ਪੁੱਠਾ ਲਮਕ ਜਾਂਦਾ, ਕੋਈ ਪਾਣੀ ਦੇ ਵਿੱਚ ਖੜ ਕਰਕੇ ਸਿਮਰਨ ਕਰਦਾ, ਕੋਈ ਆਪਣੇ ਆਪ ਨੂੰ ਧਰਤੀ ਵਿੱਚ ਗੱਡ ਕੇ ਸਿਮਰਨ ਕਰਦਾ, ਤੇ ਕੋਈ ਸੀ ਜਿਹੜਾ ਉਹ ਪਹਾੜਾਂ ਪਰਬਤਾਂ ਤੇ ਚੜ੍ਹ ਜਾਂਦਾ ਸਿਮਰਨ ਕਰਨ ਦੇ ਲਈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਸਾਰਾ ਸਿਸਟਮ ਹੀ ਖਤਮ ਕਰ ਦਿੱਤਾ। ਮਹਾਰਾਜ ਸਾਹਿਬ ਕਹਿੰਦੇ ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ ਭੋਗਣ ਮੈਂ ਭੋਗੀ। ਕਹਿੰਦੇ ਪਰਮਾਤਮਾ ਤੂੰ ਗ੍ਰਸਤੀਆਂ ਦੀ ਸਭ ਤੋਂ ਵੱਡਾ ਗ੍ਰਸਤੀ ਹੈ ਤੇ ਮੈਂ ਗ੍ਰਸਤੀ ਜੀਵਨ ਨੂੰ ਪਹਿਲ ਦਿੰਦਾ, ਗ੍ਰਸਤੀ ਮਾਰਗ ਵਿੱਚ ਰਹਿ ਕਰਕੇ ਨਾਲੇ ਆਪਣੇ ਬੱਚੇ ਪਾਲੋ ਤੇ ਨਾਲੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰੋ, ਉਹਦਾ ਸ਼ੁਕਰਾਨਾ ਕਰੋ। ਮਹਾਰਾਜ ਨੇ ਸੌਖਾ ਤਰੀਕਾ ਦੱਸਿਆ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਰਾਮ ਨਾਮ ਜਪ ਦਿਵਸ ਰਾਤ, ਜਿਹੜਾ ਰਾਮ ਨਾਮ ਆ ਕਹਿੰਦੇ ਦਿਨ ਰਾਤ ਤੇ ਜਪਣਾ ਕਰ। ਜਦੋਂ ਦਿਨ ਰਾਤ ਜਪੇਗਾ ਨਾ ਫਿਰ ਕੀ ਹੋਏਗਾ? ਹਰ ਪ੍ਰਭ ਸੇਵਿਆ ਸਤਿਗੁਰ ਦੀ ਆ ਨਾਮ, ਹਰੀ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਕਰਿਆ ਕਰ। ਉਹਦੀ ਸੇਵਾ ਕਿੱਦਾਂ ਹੋਣੀ ਹੈ? ਜਿਹੜਾ ਤੈਨੂੰ ਸੱਚੇ ਗੁਰੂ ਸਤਿਗੁਰੂ ਨੇ ਨਾਮ ਦਿੱਤਾ ਨਾ, ਉਹਦੇ ਜ਼ਰੀਏ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਕਰ। ਕੁੱਕਰ ਕੂੜ ਕਮਾਈਐ ਗੁਰ ਨਿੰਦਾ ਕਰੈ ਪਛਾਨ। ਕੁੱਕਰ ਕਹਿੰਦੇ ਜਿਹੜਾ ਬੰਦਾ ਨਾ, ਇਹ ਮਨੁੱਖ ਆ ਜਿਹੜਾ, ਜਿਹਨੂੰ ਪਹਿਲਾਂ ਉੱਪਰ ਮੂਰਖ ਕਿਹਾ, ਮਹਾਰਾਜ ਕਹਿੰਦੇ ਇਹ ਕੁੱਕਰ ਕਹਿੰਦਾ ਕੁੱਤਾ ਬਣ ਗਿਆ ਹੈ। ਕਿੱਦਾਂ ਕੀ ਕਰਦਾ ਪਿਆ? ਕਹਿੰਦੇ ਹੁਣ ਕੁੱਕਰ ਕੁੱਤਾ ਬਣ ਕੇ, ਕੁੱਕਰ ਕੂੜ ਕਮਾਈ ਆ, ਕਹਿੰਦੇ ਇਹ ਕੁੱਤਿਆਂ ਵਾਂਗੂ ਝੂਠ ਹੀ ਕਮਾਈ ਜਾਂਦਾ, ਜਿੱਦਾਂ ਕਹਿੰਦੇ ਕੁੱਤੇ ਭੌਂਕਦੇ ਰਹਿੰਦੇ ਨੇ ਨਾ, ਉਸੇ ਪ੍ਰਕਾਰ ਕਹਿੰਦੇ ਇਹ ਵੀ ਹੁਣ ਭੌਂਕਦਾ ਪਿਆ, ਪਰ ਕਹਿੰਦੇ ਕੀ ਭੌਂਕ ਰਿਹਾ? ਝੂਠ ਕੂੜ ਭੌਂਕ ਰਿਹਾ ਕਹਿੰਦੇ ਆਪਣੀ ਜਵਾਨ ਦੇ ਵਿੱਚ, ਰਸਨਾਂ ਦੇ ਵਿੱਚੋਂ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਕੁੱਕਰ ਕੂੜ ਕਮਾਈ ਹੈ, ਇਹ ਕਹਿੰਦੇ ਜਿਹੜਾ ਅੰਦਰ ਲੈ ਦਾ ਲਾਲਚ ਦਾ ਕੁੱਤਾ ਹੈ ਨਾ, ਉਹ ਕੀ ਕਰਦਾ? ਕਹਿੰਦੇ ਭੌਂਕਦਾ ਪਿਆ, ਝੂਠ ਕਮਾ ਰਿਹਾ ਹੈ। ਗੁਰਨਿੰਦਾ ਪਜਾ ਪਛਾਣ, ਕਹਿੰਦੇ ਇਹ ਗੁਰੂ ਦੀ ਨਿੰਦਿਆ ਕਰਦਾ ਤੇ ਗੁਰੂ ਦੇ ਨਿੰਦਕਾਂ ਦੇ ਨਾਲ ਇਹਦੀ ਸਾਂਝ ਹੈ, ਉਹਦੀ ਨਿੰਦਿਆ ਜਿਹੜੀ, ਕਹਿੰਦੇ ਉਹੀ ਇਹਦਾ ਆਹਾਰ ਬਣ ਚੁੱਕੀ ਹੈ, ਜਿੱਦਾਂ ਕੁੱਤੇ ਦਾ ਆਹਾਰ ਜਿਹੜਾ ਹੈ ਉਹ ਭੋਜਨ ਵੀ ਹੈ ਤੇ ਮਾਸ ਵੀ ਹੈ, ਉਹ ਸ਼ਾਕਾਹਾਰੀ ਵੀ ਤੇ ਮਾਸਾਹਾਰੀ ਵੀ। ਇਸੇ ਪ੍ਰਕਾਰ ਕਹਿੰਦੇ ਜਿਹੜਾ ਇਹ ਅੰਦਰ ਦਾ ਲੋਭ ਦਾ ਕੁੱਤਾ ਹੈ ਨਾ, ਇਹਦਾ ਵੀ ਕਹਿੰਦੇ ਆਹਾਰ ਹੈਗਾ, ਪਰ ਉਹ ਕਿਹੜਾ? ਕਹਿੰਦੇ ਨਿੰਦਿਆ ਕਰਨੀ, ਇਹ ਨਿੰਦਿਆ ਦਾ ਆਹਾਰ ਹੀ ਕਰਦਾ ਹੈ। ਕਹਿੰਦੇ ਝੂਠ ਦਾ ਖਾਣਾ ਇਹਦਾ ਅੰਦਰਲਾ ਮਨ ਜਿਹੜਾ ਹੈ, ਜਿਹੜਾ ਕੁੱਤਾ ਬਣ ਗਿਆ ਲਾਲਚ ਦਾ, ਕਹਿੰਦੇ ਉਹ ਗ੍ਰਹਿਣ ਕਰਦਾ ਪਿਆ ਹੈ। ਪਰ ਮੈਂ ਭੂਲ
भूला दुख कणो जब मार करे भुलहान। भरमे भूला कहते भरम दे विच भुलिया होया मनुख है जिहड़ा बहुते दुख नूं प्राप्त करदा है। जब मार करे भुलहान, खुलहान जिहड़ा इह शब्द कहते फारसी दा, इहदा अर्थ खुलहान दा अर्थ है जिहड़ा तूड़ी कीता जांदा है। जिद्दां कहते सारी फसल नूं कट्टण तों बाद जिहड़ी पिछे पराली बच जांदी है उहदी तूड़ी बना ली जांदी है ना, उसे प्रकार की होंदा कहते जदों परमेश्वर वाहिगुरु दा जिन्हां ने सिमरन कीता उहदा कहते फसल दी न्याई वड्डे जाणगे, भाव कि उहनां दा मुल पै जाएगा, उहनां दी कीमत तय हो जांदी है। ते जिहड़ा बाकी कहते फसल की रहिंद खूंद है जिहदे तूड़ी निकलती है, जिदा तूड़ी नूं कढ़िया जांदा है, जिदा तूड़ी बनाई जांदी है, उस प्रकार कहते जिहड़े मनमुख ने जिन्हां ने कदे सिमरन नहीं किया कहते इन्हां नूं तूड़ी दी न्याई भेजिया जाएगा, भाव कि इन्हां दे टोटे टोटे हो जाणगे। इन्हां नूं कहते जम है जिहड़ा उह चंगी तरह मारेगा, जम मार करा खलहान, जम मार मार के कहते इन्हां नूं तूड़ी दी न्याई कहते बना देवेगा। मनमुख सुख न पाईए गुरमुख सुख सुभान। मनमुख जिहड़ा मनमुख है मन दे वल जिहदा मूंह है जिहड़ा मन दी गल मनदा कहते उह सुख नहीं पाउंदा। गुरमुख सुख सुभान ते गुरमुख ने जिहड़ा जिहदा मूंह ही गुरु दे वल है, जिहड़े मुखी गुरु दी गल मनदे पए ने ਉਹ ਕੀ ਕਰਦੇ ਨੇ ਸੁੱਖ ਸੁਭਾਨ। ਉਹਨਾਂ ਨੂੰ ਸੁਭਾਵਕ ਕੀ ਕਹਿੰਦੇ ਸਾਰੇ ਸੁੱਖ ਨੇ ਜਿਹੜੇ ਸਾਰੇ ਪਦਾਰਥ ਨੇ ਸੁਭਾਵਕ ਕੀ ਆ ਕਰਕੇ ਮਿਲ ਜਾਂਦੇ ਨੇ। ਇੱਥੇ ਧੰਦ ਪਟਾਈਏ ਸੱਚ ਲਿਖਤ ਪਰਵਾਨ। ਜਿਹੜੇ ਮੂਰਖ ਨੇ ਸਾਖਤ ਨੇ ਤੇ ਜਿਨ੍ਹਾਂ ਦੇ ਅੰਦਰ ਲਾਲਚ ਦਾ ਕੁੱਤਾ ਭੌਂਕਦਾ ਪਿਆ, ਮਹਾਰਾਜ ਜੀ ਕਹਿੰਦੇ ਇੱਥੇ ਧੰਦ ਪਟਾਈਏ, ਕਹਿੰਦੇ ਇੱਥੇ ਧੰਦਿਆਂ ਦੇ ਵਿੱਚ ਹੀ ਪਿੱਟ ਸਿਆਪੇ ਕਰਦੇ ਰਹਿੰਦੇ ਨੇ। ਇੱਥੇ ਧੰਦ ਪਟਾਈਏ ਕਹਿੰਦੇ ਇੱਥੇ ਹੀ ਪਿੱਟਦੇ ਰਹਿੰਦੇ ਨੇ, ਇੱਥੇ ਰੌਲਾ ਪਾਉਂਦੇ ਰਹਿੰਦੇ ਨੇ। ਸੱਚ ਲਿਖਤ ਪ੍ਰਵਾਨ ਮਹਾਰਾਜ ਕਹਿੰਦੇ ਅਸੀਂ ਸੱਚ ਗੱਲ ਲਿਖੀ ਹੈ ਕਿ ਜਿਹੜੇ ਮਨਮੁਖ ਬੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਕੱਲਾ ਪਿੱਟ ਸਿਆਪਾ ਕਰਨਾ ਹੀ ਰਹਿ ਜਾਂਦਾ ਹੈ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਿੱਟਣਾ ਰਹਿ ਜਾਂਦਾ, ਉਹ ਜਦੋਂ ਦੇਖੋ ਰੋਂਦੇ ਕਰਲਾਉਂਦੇ ਰਹਿੰਦੇ ਨੇ। ਉਹਨਾਂ ਨੂੰ ਕਦੇ ਵੀ ਪੁੱਛ ਲਓ ਹੋਰ ਠੀਕ ਠਾਕ ਹੈ, ਨਹੀਂ ਠੀਕ ਤਾਂ ਕਿੱਥੇ, ਰੱਬ ਸਾਡਾ ਵੈਰੀ ਬਣਿਆ ਹੋਏ, ਕਿਉਂਕਿ ਉਹਨਾਂ ਦੇ ਅੰਦਰ ਹੁਣ ਨਾਮ ਨਹੀਂ, ਜਿਹਦੇ ਅੰਦਰ ਨਾਮ ਨਹੀਂ ਉਹ ਛੋਟੀ ਛੋਟੀ ਗੱਲ ਦੇ ਉੱਤੇ ਘਬਰਾ ਆ ਜਾਂਦਾ, ਫਿਰ ਡਰ ਲੱਗਦਾ। ਜਦੋਂ ਨਾਮ ਦਾ ਵਾਸਾ ਹਿਰਦੇ ਦੇ ਵਿੱਚ ਹੋ ਗਿਆ ਫਿਰ ਵੱਡੀਆਂ ਗੱਲਾਂ ਵੀ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ। ਜਦੋਂ ਅੰਦਰ ਮਨ ਮਜ਼ਬੂਤ ਹੋ ਗਿਆ ਨਾ ਨਾਮ ਦੇ ਨਾਲ, ਇੱਕ ਬੰਦੇ ਨੇ ਕਿਹਾ ਉਹਨੇ ਮੈਡੀਕਲ ਚੈੱਕਅਪ ਕਰਾਇਆ, ਮੈਡੀਕਲ ਚੈੱਕਅਪ ਦੇ ਵਿੱਚ ਕੀ ਆਇਆ, ਕਹਿੰਦੇ ਉਹਨੂੰ ਸ਼ੂਗਰ ਆ ਗਈ। ਹੁਣ ਜਦੋਂ ਸ਼ੂਗਰ ਆ ਗਈ ਹੈ ਮੈਡੀਕਲ ਚੈੱਕਅਪ ਦੇ ਵਿੱਚ, ਹੁਣ ਉਹਦਾ ਮਨ ਮਜ਼ਬੂਤ ਨਹੀਂ ਹੈ, ਉਹ ਲੋਕਾਂ ਨੂੰ ਰੌਲਾ ਪਾ ਪਾ ਕੇ ਦੱਸਦਾ ਫਿਰਦਾ, ਮੈਂ ਤਾਂ ਮਿੱਠਾ ਵੀ ਨਹੀਂ ਸੀ ਖਾਂਦਾ, ਮੈਨੂੰ ਤਾਂ ਵੀ ਸ਼ੂਗਰ ਹੋ ਗਈ ਹੈ, ਮੇਰਾ ਬਹੁਤ ਬੁਰਾ ਹਾਲ ਹੋਇਆ ਪਿਆ, ਹੁਣ ਮੈਂ ਕਿੱਦਾਂ ਜ਼ਿੰਦਗੀ ਕੱਟਾਂਗਾ, ਸ਼ੂਗਰ ਵਾਲੇ ਬੰਦੇ ਦੀ ਕਾਹਦੀ ਜ਼ਿੰਦਗੀ ਹੈ। ਇੱਦਾਂ ਹੁਣ ਜਿਹਦਾ ਮਨ ਕਮਜ਼ੋਰ ਹੈ ਕਦੋਂ ਇੱਦਾਂ ਬੋਲਦਾ। ਇੱਕ ਪਾਸੇ ਉਹ ਮਨੁੱਖ ਹੈ ਉਹਨੂੰ ਕਹਿੰਦੇ ਸ਼ੂਗਰ ਕਰਾਉਣ ਚੈੱਕ ਕਰਾਉਣ ਦੇ ਲਈ ਕਿਹਾ ਗਿਆ, ਉਹ ਸ਼ੂਗਰ ਚੈੱਕ ਕਰਾ ਕੇ ਆਇਆ, ਥੋੜ੍ਹਾ ਜਿਹਾ ਸਰੀਰ ਉਹਦਾ ਠੀਕ ਨਾ ਲੱਗਿਆ, ਕਹਿੰਦੇ ਹੋਰ ਟੈਸਟ ਕਰਾਏ, ਹੋਰ ਟੈਸਟਾਂ ਦੇ ਵਿੱਚ ਕਹਿੰਦੇ ਉਹਨੂੰ ਕੈਂਸਰ ਵੀ ਨਾਲ ਨਿਕਲਿਆ ਹੁੰਦਾ, ਹੋਰ ਕੈਂਸਰ ਜਦੋਂ ਨਾਲ ਨਿਕਲਿਆ ਆਇਆ ਉਹਨੂੰ ਪੁੱਛਿਆ ਗਿਆ ਆਸੇ ਪਾਸੇ ਦੇ ਲੋਕ, ਕਹਿੰਦੇ ਨੇ ਤੇਰੇ ਨਾਲ ਤਾਂ ਬਹੁਤ ਮਾੜੀ ਹੋਈ ਯਾਰ, ਇੱਕ ਤਾਂ ਤੈਨੂੰ ਪਹਿਲਾਂ ਬਿਮਾਰੀਆਂ ਚਿੰਬੜੀਆਂ ਹੋਈਆਂ ਸੀ, ਬਲੱਡ ਪ੍ਰੈਸ਼ਰ ਪਹਿਲਾਂ ਤੇਰਾ ਵੱਧਦਾ ਸੀ, ਉੱਤੋਂ ਤੈਨੂੰ ਸ਼ੂਗਰ ਹੋ ਗਈ, ਆ ਰਹਿੰਦੀ ਖੁੰਦੀ ਤਾਂ ਹੁਣ ਤੈਨੂੰ ਕੈਂਸਰ ਦੀ ਬਿਮਾਰੀ ਵੀ ਹੋ ਗਈ। ਅਤੇ ਹੁਣ ਜਿਹਦਾ ਮਨ ਮਜ਼ਬੂਤ ਆ ਉਹ ਕਹਿੰਦਾ ਕੋਈ ਗੱਲ ਨਹੀਂ, ਜਿੱਥੇ ਇੰਨੀਆਂ ਬਿਮਾਰੀਆਂ ਤੁਰੀਆਂ ਫਿਰਦੀਆਂ ਨੇ ਉੱਥੇ ਆ ਕੈਂਸਰ ਸ਼ੂਗਰ ਜਿਹੜਾ ਵੀ ਵਿੱਚੇ ਤੁਰਿਆ ਫਿਰੇਗਾ, ਫਿਰ ਕੀ ਹੁੰਦਾ, ਇਹਨੇ ਵਿੱਚੇ ਖੱਪ ਖੁੱਪ ਜਾਣਾ। ਹੁਣ ਇਹ ਗੱਲ ਉਹੀ ਬੰਦਾ ਕਹਿ ਸਕਦਾ ਜਿਹਦਾ ਮਨ ਮਜ਼ਬੂਤ ਹੈ, ਜਿਹਦਾ ਮਨ ਮਜ਼ਬੂਤ ਨਹੀਂ ਗਾ ਉਹਦਾ ਤਾਂ ਕਹਿੰਦਾ ਮਾੜੇ ਜਿਹੇ ਹੱਥ ਦੇ ਉੱਤੇ ਕਿਤੇ ਖੂਨ ਨਿਕਲਣ ਲੱਗ ਜਾਏ ਉਹਦਾ ਭੱਜ ਕੇ ਪੱਟੀ ਕਰਾਉਣ ਵਾਲੇ ਪਾਸੇ ਜਾਂਦਾ, ਭੱਜ ਕੇ ਗੋਲੀਆਂ ਲੈਂਦਾ, ਕਿਉਂਕਿ ਮਨ ਮਜ਼ਬੂਤ ਨਹੀਂ, ਮਨ ਕਮਜ਼ੋਰ ਹੈ। ਜਿਹਦਾ ਮਨ ਕਮਜ਼ੋਰ ਹੈ ਉਹ ਵੱਡੀ ਸੱਟ ਨਹੀਂ ਬਰਦਾਸ਼ਤ ਕਰ ਸਕਦਾ। ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਇਹੀ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਇੱਥੇ ਧੰਦ ਫਟਾਈ ਹੈ ਜਿਹੜਾ ਮਨਮੁੱਖ ਬੰਦਾ, ਮੂਰਖ ਬੰਦਾ, ਲੋਭੀ ਸਾਖਤ ਬੰਦਾ ਨਾ, ਜਿਹੜਾ ਇਹ ਸੰਸਾਰ ਦੇ ਵਾਧੂ ਧੰਦਿਆਂ ਦੇ ਵਿੱਚ ਹੀ ਕਹਿੰਦੇ ਪਿੱਟਦਾ ਰਹਿੰਦਾ,
ਇਹ ਰੌਲਾ ਪਾਉਂਦਾ ਰਹਿੰਦਾ, ਮੇਰਾ ਰੱਬ ਵੈਰੀ ਬਣਿਆ ਹੋਇਆ। ਕਹਿੰਦੇ ਇਹਦੇ ਕੋਲੇ ਸਿਰਫ ਇਹੀ ਪਿੱਟ ਸਿਆਪਾ ਕਰਨਾ ਰਹਿ ਗਿਆ, ਹੋਰ ਇਹਦੇ ਪੱਲੇ ਕੱਖ ਨਹੀਂ। ਸੱਚ ਲਿਖਤ ਪ੍ਰਵਾਨ, ਸਾਡੀ ਗੱਲ ਨੂੰ ਇਹਨੂੰ ਸੱਚ ਜਾਣਨਾ ਕਰੋ। ਇਹ ਪਰਮੇਸ਼ਰ ਵਾਹਿਗੁਰੂ ਹੈ ਜਿਹੜਾ ਨਾ ਉਹ ਸੱਚੇ ਦੀ ਸਿਫਤ ਸਲਾਹ ਕੀਤੀਆਂ ਹੀ ਤੁਹਾਨੂੰ ਪ੍ਰਵਾਨ ਕਰੇਗਾ। ਹਰ ਸੱਜਣ ਗੁਰ ਸੇਵ ਦਾ ਗੁਰ ਕਰਨੀ ਪ੍ਰਧਾਨ। ਹਰ ਸੱਜਣ ਗੁਰ ਸੇਵ ਦਾ, ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਸੱਜਣ ਨੇ, ਜਿਹੜੀ ਉਹਦੀ ਸੇਵਾ ਕਰਦੇ ਨੇ, ਜਿਹੜੇ ਦਿਨ ਰਾਤ ਨਾਮ ਜਪਦੇ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਰ ਕਰਨੀ ਪ੍ਰਧਾਨ, ਤੇ ਜਿਹੜਾ ਗੁਰੂ ਆ ਨਾ ਉਹਨਾਂ ਦੀ ਕਰਨੀ ਨੂੰ ਦੇਖ ਕਰਕੇ ਉਹਨਾਂ ਨੂੰ ਪ੍ਰਧਾਨਤਾ ਭਾਲ ਕੇ ਸ੍ਰੇਸ਼ਟਤਾਈ ਜਿਹੜੀ ਉਹ ਬਖਸ਼ ਦਿੰਦਾ ਹੈ। ਹਰ ਸੱਜਣ ਗੁਰ ਸੇਵਦਾ, ਜਿਹਨਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਤਿਗੁਰੂ ਨੂੰ ਕਹਿੰਦੇ ਸੇਵਿਆ ਨਾ, ਜਿਹੜੇ ਉਹਦੇ ਸੱਜਣ ਭਾਵ ਕੇ ਮਿੱਤਰ ਬਣ ਗਏ ਨੇ, ਗੁਰੂ ਨੇ ਉਹਨਾਂ ਦੀ ਕਰਨੀ ਦੇਖ ਕਰਕੇ ਉਹਨਾਂ ਨੂੰ ਬਹੁਤਾ ਪ੍ਰੇਮ ਕੀਤਾ, ਉਹਨਾਂ ਨੂੰ ਪ੍ਰਧਾਨਤਾ ਹੀ ਜਿਹੜੀ ਗੁਰੂ ਨੇ ਬਖਸ਼ ਦਿੱਤੀ ਹੈ। ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸਾਨ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨਾਨਕ ਨਾਮ ਨਾ ਵਿਸਰੈ। ਕਹਿੰਦੇ ਭਾਈ ਇਹ ਗੱਲ ਚੇਤੇ ਰੱਖਿਓ, ਰੋਟੀ ਛੱਡੀ ਗਈ ਕੋਈ ਗੱਲ ਨਹੀਂ, ਹੋਰ ਭੋਜਨ ਪਦਾਰਥ ਛੱਡੇ ਗਏ ਕੋਈ ਗੱਲ ਨਹੀਂ, ਵਿਸਰਦੇ ਨੇ ਵਿਸਰ ਜਾਣ, ਪਰ ਇੱਕ ਗੱਲ ਚੇਤੇ ਰੱਖਿਓ ਨਾਮ ਨਾ ਵਿਸਰੈ। ਇਹ ਨਾਮ ਨਹੀਂ ਵਿਸਰਨਾ ਚਾਹੀਦਾ। ਕਿਉਂ ਨਹੀਂ ਵਿਸਰਨਾ ਚਾਹੀਦਾ ਮਹਾਰਾਜ? ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਰਮ ਸੱਚਾ ਨਿਸ਼ਾਨ। ਕਹਿੰਦੇ ਨਾਮ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦਾ ਨਿਸ਼ਾਨ ਹੈ, ਕਿਰਪਾ ਦਾ ਝੰਡਾ, ਕਿਰਪਾ ਦਾ ਪਹਿਚਾਣ ਪੱਤਰ ਹੈ ਜਿਹੜੇ ਬੰਦੇ ਕੋਲ ਨਾਮ ਹੈ। ਜਿਹੜਾ ਬੰਦਾ ਦੋਨੇ ਸਮੇਂ ਉੱਠ ਕਰਕੇ ਅੰਮ੍ਰਿਤ ਵੇਲੇ ਵੀ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਦਾ, ਭਾਵੇਂ 5 ਮਿੰਟ ਕਰਦਾ, ਭਾਵੇਂ 10 ਮਿੰਟ ਕਰਦਾ, ਤੇ ਸੰਧਿਆ ਵਾਲਾ ਸਮਾਂ ਜਿਹੜਾ ਉਹ ਵੀ ਸੰਭਾਲਦਾ ਆਪਣੇ ਕੰਮਾਂ ਕਾਰਾਂ ਨੂੰ ਛੱਡ ਕਰਕੇ, ਸੰਧਿਆ ਵਾਲੇ ਸਮੇਂ ਵੀ ਵਾਹਿਗੁਰੂ ਦੀ ਉਸਤਤੀ ਕਰਦਾ, 5 ਮਿੰਟ ਬਹਿੰਦਾ, 10 ਮਿੰਟ ਬਹਿੰਦਾ। ਮਹਾਰਾਜ ਕਹਿੰਦੇ ਭਾਈ ਐਸਾ ਜਿਹੜਾ ਪੁਰਸ਼ ਹੈ ਨਾ, ਇਹ ਕੀ ਹੈ? ਗਰੀਬ ਨਵਾਜ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹਨਾਂ ਨੂੰ ਨਾਮ ਨਹੀਂ ਨਾ ਵਿਸਰਿਆ, ਇਹ ਕਰਮ ਨਾਮ ਕਿਰਪਾ ਦਾ, ਇਹ ਕਿਰਪਾ ਦਾ ਸਬੂਤ ਹੈ ਜਿਹੜੇ ਦੋਵੇਂ ਸਮੇਂ ਉਸ ਕਰਤੇ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ। ਇਹ ਕਿਰਪਾ ਦੀ ਨਿਸ਼ਾਨੀ ਹੈ ਜਿਹਨਾਂ ਦੇ ਉੱਤੇ ਕਿਰਪਾ ਨਾ, ਕਹਿੰਦੇ ਉਹੀ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਘਰ ਜਾਂਦੇ ਨੇ, ਜਿਹਨਾਂ ਦੇ ਉੱਤੇ ਕਿਰਪਾ ਹੈ। ਇਹ ਕਿਰਪਾ ਦਾ ਸਬੂਤ ਆ ਨਹੀਂ ਆਪਣੀ ਨੀਂਦ ਤਿਆਗਣੀ, ਕੌਣ ਬੰਦਾ ਕਿਸੇ ਦੇ ਲਈ ਨੀਂਦ ਤਿਆਗਦਾ? ਇੱਥੇ ਆਪਣੀ ਨੀਂਦ ਵੀ ਉਹ ਤਿਆਗ ਸਕਦੇ ਜਿਹਨਾਂ ਨੂੰ ਗੁਰੂ ਦੇ ਨਾਲ ਪ੍ਰੇਮ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਕਿਰਪਾ ਦਾ ਸਬੂਤ ਹੈ, ਕਿਰਪਾ ਦਾ ਨਿਸ਼ਾਨ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠ ਕਰਕੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਨੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਤਾਂ ਹੀ ਗੁਰੂ ਨਵਾਜ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ। ਜਿਹੜੇ ਆਪਣੇ ਪਰਮੇਸ਼ਰ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਸੱਜਣ ਮਿੱਤਰਤਾ ਦੇ ਨਾਲ, ਪ੍ਰੇਮ ਦੇ ਨਾਲ, ਮਿੱਤਰ ਬਣਾ ਕਰਕੇ ਉਹਦੀ ਸੇਵਾ ਕਰਦੇ ਨੇ, ਸਿਫਤ ਸਲਾਹ ਕਰਦੇ ਨੇ, ਗੁਰੂ ਹੈ ਜਿਹੜਾ ਉਹਨਾਂ ਦੀ ਕਰਨੀ ਨੂੰ ਦੇਖ ਕਰਕੇ ਉਹਨਾਂ ਨੂੰ ਪ੍ਰਧਾਨਤਾਈਆਂ ਦਿੰਦਾ, ਉਹਨਾਂ ਨੂੰ ਵਡਿਆਈਆਂ ਦਿੰਦਾ, ਬਖਸ਼ਿਸ਼ਾਂ ਕਰਦਾ। ਕਈ ਵਾਰ ਅਸੀਂ ਦੇਖਦੇ ਹਾਂ ਨਾ, ਇੱਕ ਬੰਦਾ ਜਿਹੜਾ ਉਹਦੇ ਅੰਦਰ ਬਹੁਤੇ ਔਗੁਣ ਹੁੰਦੇ ਨੇ, ਪਰ ਇੱਕ ਅੱਧਾ ਗੁਣ ਹੁੰਦਾ, ਉਹ ਜਿਹੜਾ ਗੁਣ ਹੈ ਨਾ, ਕਹਿੰਦੇ ਉਹਨੂੰ ਉਸ ਗੁਣ ਦੇ ਜ਼ਰੀਏ ਬਹੁਤੀਆਂ ਮਾਣ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ। ਤੇ ਹੁਣ ਮਹਾਰਾਜ ਜੀ ਕਹਿੰਦੇ ਭਾਈ ਇਸੇ ਪ੍ਰਕਾਰ ਗੁਰੂ ਹੈ ਜਿਹੜਾ ਉਹਦੀ ਕਰਨੀ ਦੇਖ ਕਰਕੇ, ਕਰਨੀ ਦੇਖ ਕਰਕੇ ਕਹਿੰਦੇ ਮਾਣ ਬਖਸ਼ਦਾ, ਜਿਹਦੀ ਜਿੱਡੀ ਕੁ ਵੱਡੀ ਕਰਨੀ ਹੈ ਉਹਨੂੰ ਗੁਰੂ ਨੇ ਓਨਾ ਕੁ ਵੱਡਾ ਮਾਣ ਬਖਸ਼ਿਆ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਭਾਈ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਵਸਾ ਲੈ, ਨਾਨਕ ਨਾਮ ਨਾ ਵਿਸਰੈ ਕਰਮ ਸੱਚਾ ਨਿਸਾਨ। ਜਿਹਨਾਂ ਨੇ ਨਾਮ ਨੂੰ ਨਹੀਂ ਵਿਸਾਰਿਆ ਉਹਨਾਂ ਦੇ ਇਹ ਕਹਿ ਲਓ ਪਰਮੇਸ਼ਰ ਵਾਹਿਗੁਰੂ ਜੀ ਦੀ ਬੜੀ ਕਿਰਪਾ, ਬੇਅੰਤ ਕਿਰਪਾ, ਉਹਨਾਂ ਕੋਲੇ ਇਹ ਐਡਾ ਵੱਡਾ ਖਜ਼ਾਨਾ ਹੈ, ਕਿਰਪਾ ਦਾ ਨਿਸ਼ਾਨ, ਝੰਡਾ ਚੱਕੀ ਫਿਰਦੇ ਨੇ ਐਸੇ ਲੋਕ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਨਹੀਂ ਵਿਸਾਰਦੇ। ਇੱਥੇ ਇਹ ਸ਼ਬਦ ਦੀ ਸਮਾਪਤੀ ਹੋ ਰਹੀ ਹੈ। ਅਗਲੇ ਦਾ ਸ਼ਬਦ ਆਰੰਭ ਹੁੰਦਾ ਸ੍ਰੀ ਰਾਗ ਮਹੱਲਾ ਪਹਿਲਾ। ਇੱਕ ਤਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ। ਇੱਥੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਵਿਸਾਰਨ ਦੇ ਜਿਹੜੇ ਉਸ ਤੋਂ ਬਾਅਦ ਕਿਹੜੇ ਰੋਗ ਲੱਗਦੇ ਨੇ ਉਹਨਾਂ ਦਾ ਜ਼ਿਕਰ ਮਹਾਰਾਜ ਜੀ ਕਰਦੇ ਨੇ। ਇਹ ਸ਼ਬਦ ਵਿੱਚ ਅੱਜ ਕੱਲ੍ਹ ਦੇ ਜਵਾਨਾਂ ਦੇ ਰੱਬ ਕਰਾਂ ਕਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਅਖੀਰਲੀਆਂ ਦੋ ਦੁਆ ਪੜ੍ਹ ਕਰਕੇ ਸਮਾਪਤੀ ਕਰੀਏ ਜੀ।